33 ਸਾਲਾ ਨੌਜਵਾਨ ਦਾ ਅਣਪਛਾਤਿਆਂ ਵੱਲੋਂ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਨੌਜਵਾਨ ਤਰਨਜੀਤ ਸਿੰਘ ਪਿਛਲੇ ਕਈ ਸਾਲਾਂ ਤੋਂ ਮੋਹਾਲੀ ਦੇ ਸਨੀ ਇਨਕਲੇਵ ਦੇ ਵਿੱਚ ਰਹਿੰਦਾ ਸੀ। ਤਰਨਜੀਤ ਸਿੰਘ ਇੱਕ ਸੌਫਟਵੇਅਰ ਇੰਜੀਨੀਅਰ ਸੀ ਜੋ ਇੱਕ ਕੰਪਨੀ ਦੇ ਵਿੱਚ ਕੰਮ ਕਰਦਾ ਸੀ। ਸਨੀ ਇਨਕਲੇਵ ਦੇ ਕੋਲ ਇੱਕ ਢਾਬੇ ਤੇ ਇਹ ਪੂਰੀ ਵਾਰਦਾਤ ਵਾਪਰੀ ਹੈ। ਹਾਲਾਂਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਭਰਾ ਦੀ ਕਿਸੇ ਦੇ ਨਾਲ ਕੋਈ ਵੀ ਰੰਜਿਸ਼ ਨਹੀਂ ਸੀ। ਤਰਨਜੀਤ ਸਿੰਘ ਮਲੇਰ ਕੋਟਲਾ ਦਾ ਨਿਵਾਸੀ ਸੀ ਜੋ ਕਾਫੀ ਸਮੇਂ ਤੋਂ ਮੋਹਾਲੀ ਚ ਹੀ ਰਹਿ ਰਿਹਾ ਸੀ। ਫਿਲਹਾਲ ਇਸ ਮਾਮਲੇ ਚ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਮਾਮਲਾ ਦਰਜ ਕਰ ਲਿਆ ਤੇ ਜਲਦੀ ਹੀ ਗ੍ਰਿਫਤਾਰੀ ਵੀ ਕੀਤੀ ਜਾਵੇਗੀ। ਜਿਸਨੇ ਵੀ ਇਸ ਘਟਨਾ ਨੂੰ ਅੰਜਾਮ ਦਿੱਤਾ ਉਸਨੂੰ ਬਖਸ਼ਿਆ ਨਹੀਂ ਜਾਵੇਗਾ। ਫਿਲਹਾਲ ਇਸ ਮਾਮਲੇ ਦੇ ਵਿੱਚ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਉੱਥੇ ਦੂਜੇ ਪਾਸੇ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਈ ਹੈ। ਭਾਈ ਜੀ, ਕੀ ਨਾਮ ਤੁਹਾਡਾ ਤੇ ਜਿਹੜਾ ਇੱਥੇ ਕੋਈ ਇਨਸੀਡੈਂਟ ਹੋਇਆ ਉਹ ਤੁਹਾਡਾ ਕੀ ਲੱਗਦਾ ਸੀ, ਕੀ ਗੱਲਬਾਤ ਹੋਈ? ਮੇਰਾ ਨਾਂ ਕਰਨਵੀਰ ਹੈ ਜੀ। ਜਿਵੇਂ ਦੱਸ ਕੇ ਨੇ ਕਈ ਪਿੰਡ ਹਾਥਨਾ ਸਾਡਾ ਜ਼ਿਲ੍ਹਾ ਮਲੇਰਕੋਟਲਾ ਤੇ ਮੇਰਾ ਭਰਾ ਸੀਗਾ ਜੀ ਤੇਜਿੰਦਰ ਸਿੰਘ ਤੇ ਉਹਨਾਂ ਨਾਲ ਬਸ ਸਾਨੂੰ ਤਾਂ ਸਵੇਰੇ ਫੋਨ ਇੱਥੋਂ ਥਾਣੇ ਚੋਂ ਆਇਆ ਜੀ, ਕਹਿੰਦੇ ਵੀ ਉਹਨਾਂ ਨਾਲ ਕੋਈ ਅਣਸੁਖਾਵੀਂ ਘਟਨਾ ਹੋ ਗਈ ਵੀ ਤੁਸੀਂ ਪਹੁੰਚੋ, ਉਹਨਾਂ ਦਾ ਮਰਡਰ ਹੋ ਗਿਆ ਤੇ ਹੁਣ ਇੱਥੇ ਆਇਆ ਜੀ। ਇੱਥੇ ਆ ਕੇ ਪਤਾ ਲੱਗਿਆ ਹੈਗਾ ਵੀ ਤਫਤੀਸ਼ ਚੱਲਦੀ ਆ, ਅਜੇ ਪੁਲਿਸ ਮੁਲਾਜ਼ਮ ਕਹਿ ਰਹੇ ਨੇ। ਬਸ ਅਸੀਂ ਤਾਂ ਇਹੀ ਚਾਹੁੰਦੇ ਹਾਂ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ। ਕੋਈ ਕਿਸੇ ਨਾਲ ਲਾਗ ਡਾਟ ਨਹੀਂ ਤੇ ਉਹਦੀ ਕੋਈ ਇਹੋ ਜਿਹੀ ਗੱਲਬਾਤ ਨਹੀਂ ਸੀ। ਬਸ ਕਰਦਾ ਕੀ ਸੀ ਜੀ ਇੱਥੇ? ਸੌਫਟਵੇਅਰ ਇੰਜੀਨੀਅਰ ਦਾ ਕੰਮ ਕਰਦੇ ਸੀ। ਕੋਈ ਤੁਹਾਡੇ ਨਾਲ ਗੱਲਬਾਤ ਹੋਈ ਹੋਵੇ ਇੱਕ ਦੋ ਦਿਨ ਪਹਿਲਾਂ ਜਾਂ ਕੱਲ ਹੋਈ ਹੋਵੇ ਕਿਤੇ? ਨਹੀਂ ਅਜੇ ਕੋਈ ਗੱਲ ਨਹੀਂ, ਬਸ ਹਾਲ ਚਾਲ ਪੁੱਛ ਲੈਂਦੇ ਤੇ ਜੀ ਉਹ ਦੱਸ ਦਿੰਦੇ ਤੇ ਵੀ ਕੰਮ ਕਰਦਾ ਵੀ ਠੀਕ ਚੱਲਦਾ। ਕੋਈ ਹੋਰ ਤਾਂ ਇਹੋ ਜਿਹੀ ਗੱਲ ਨਹੀਂ ਸੀ। ਕੋਈ ਅੰਦਰੂਨੀ ਕਿਸੇ ਗੱਲ ਨਾਲ ਕੋਈ ਲਾਗ ਡਾਟ ਹੋਈ ਹੋਵੇ? ਨਹੀਂ ਜੀ ਨਹੀਂ। ਜਸ ਹੋਵੇ ਕੋਈ ਦੱਸੀ ਹੋਵੇ ਕਦੇ ਨੇ? ਨਾ ਜੀ ਨਾ, ਕੋਈ ਇਹੋ ਜਿਹੀ ਗੱਲ ਹੀ ਨਹੀਂ ਸੀ ਹੈਗੀ ਜੀ। ਕਿੰਨੀ ਉਮਰ ਦੱਸ? ਉਮਰ ਹੈਗੀ ਤੀ ਜੀ 33-34 ਸਾਲ ਦੀ ਉਮਰ ਹੈਗੀ ਤੀ। ਵਿਆਹ ਵੈਸੀ? ਨਹੀਂ ਜੀ, ਅਨਮੈਰਿਡ। ਤੁਸੀਂ ਗੱਲਾਂ ਚਰਚਾਵਾਂ ਇਹ ਵੀ ਚੱਲ ਰਹੀਆਂ ਕੋਈ ਬਾਹਰ ਜਾਣ ਦਾ ਪਲਾਨ ਹੋ ਰਿਹਾ ਸੀ? ਦੇਖੋ ਜੀ ਇਹ ਤਾਂ ਹੁਣ ਕੋਈ ਇਹੋ ਜਿਹੀ ਤਾਂ ਗੱਲ ਨਹੀਂ ਹੈਗੀ। ਜਦੋਂ ਉਹਨਾਂ ਦਾ ਉਹਨਾਂ ਨੂੰ ਪਤਾ ਹੋਊ ਜੀ ਸਾਡੇ ਜੋਬ ਕਰਦੇ ਸੀ ਜੀ ਸੌਫਟਵੇਅਰ ਇੰਜੀਨੀਅਰ। ਨਮਸਕਾਰ ਜੀ, ਮੇਰਾ ਨਾਮ ਰਜਿੰਦਰ ਕੁਮਾਰ ਹੈ। ਰਜਿੰਦਰ ਜੀ, ਪਤਾ ਲੱਗਿਆ ਕਿ ਜਿਸ ਦਾ ਰਾਤੀ ਕਤਲ ਹੋਇਆ ਸਾਨੀ ਜੀ ਜੀ, ਉਹਨੇ ਰਾਤੀ ਤੁਹਾਡੇ ਨਾਲ ਕੋਈ ਗੱਲ ਕੀਤੀ ਸੀ? ਜੀ ਬਿਲਕੁਲ। ਹਾਂਜੀ, ਉਹ ਸਾਡਾ ਛੋਟਾ ਭਰਾ ਸੀਗਾ ਜੀ, ਮੇਰਾ ਮਿੱਤਰ ਸੀਗਾ, ਬਹੁਤ ਕਲੋਜ਼ ਸੀਗਾ। ਰਾਤ ਉਹਦਾ ਲਗਭਗ ਮੇਰੇ ਲੱਗਦਾ 8:42-43 ਦੇ ਆਸ ਪਾਸ ਮੇਰੇ ਨਾਲ ਗੱਲ ਵੀ ਹੋਈ ਉਹਦੀ। ਕੀ ਗੱਲ ਹੋਈ ਜੀ, ਉਹ ਦੱਸੋਗੇ? ਗੱਲ ਸਰ ਇਹ ਕਾਰਨ ਹੈ ਤਾਂ ਇਹਨਾਂ ਦਾ ਕੋਈ ਮਤਲਬ ਉਹ ਸੀਗਾ ਜੀ, ਪਲਾਟ ਖਰੀਦਿਆ ਹੋਇਆ ਇਹਨਾਂ ਨੇ ਨੋਰਮਲੀ, ਉਹ ਨੇ ਵੇਚਣਾ ਵੂਚਣਾ ਸੀਗਾ। ਉਹ ਸਿਲਸਿਲੇ ਉਹਨੇ ਮੇਰੇ ਨਾਲ ਗੱਲ ਵੀ ਕੀਤੀ ਸੀ ਵੀ ਵੀਰੇ ਇੱਦਾਂ ਨਾ ਤੁਸੀਂ ਦੱਸਿਓ ਕਿਵੇਂ। ਸੋ ਉਹ ਤੋਂ ਬਾਅਦ ਮੇਰੇ ਨਾਲ ਉਹਦੇ 2-3 ਮਿੰਟ ਗੱਲ ਹੋਈ ਹੈ ਜੀ, ਤੇ ਉਹਦੇ ਇੱਕ ਸਾਡੇ ਲੜਕੇ ਨਾਲ ਹੋਰ ਕਿਸੇ ਨਾਲ ਜਿਹੜੀ ਉਹਦੀ ਗੱਲਬਾਤ ਚੱਲ ਰਹੀ ਤੇ ਉਹ ਤੋਂ ਬਾਅਦ ਮੇਰੇ ਨਾਲ ਗੱਲ ਕੀਤੀ। ਪਤਾ ਲੱਗਿਆ ਕਿ ਉਹ ਤੁਹਾਡਾ ਜਿਗਰੀ ਦੋਸਤ ਸੀ? ਜੀ ਜੀ ਜੀ। ਕੋਈ ਇਹੀ ਜੀ ਜ਼ਿੰਦਗੀ ਦੀ ਕੋਈ ਇਹੀ ਜੀ ਗੱਲ ਉਹਨੇ ਤੁਹਾਡੇ ਨਾਲ ਸ਼ੇਅਰ ਕਰੀ ਹੋਵੇ ਕਿ ਮੇਰਾ ਜਾਂ ਕਿਸੇ ਕੁੜੀ ਨਾਲ ਜਾਂ ਕਿਸੇ ਨਾਲ ਮੇਰੇ ਕੋਈ ਜਿੱਦਬਾਜ਼ੀ ਹੈ, ਕੋਈ ਮੇਰੇ ਨਾਲ ਰੰਜਿਸ਼ ਰੱਖਦਾ ਹੈ, ਕੋਈ ਇਹੀ ਜੀ ਗੱਲ ਉਹਨੇ ਕਰੀ ਕਦੀ? ਨਹੀਂ ਜੀ ਨਹੀਂ, ਬਹੁਤ ਪੀਸਫੁਲੀ ਸ਼ਾਂਤ ਸੁਭਾਅ ਦਾ ਲੜਕਾ ਸੀਗਾ, ਪੜ੍ਹਿਆ ਲਿਖਿਆ ਲੜਕਾ ਸੀਗਾ, ਕੋਈ ਇੱਦਾਂ ਦਾ ਕੋਈ 1% ਇੱਦਾਂ ਨਹੀਂ ਸੀਗਾ। ਤੇ ਬਟ ਇਹ ਸਾਨੂੰ ਹਜੇ ਤੱਕ ਇਹ ਘਟਨਾ ਕਿਵੇਂ ਵਾਪਰੀ ਹੈ, ਸਵੇਰੇ ਮਾਰਨਿੰਗ ਟਾਈਮ ਇਨਵੀਟੇਸ਼ਨ ਇਹਨਾਂ ਨੂੰ ਗਈ ਹੋਗੀ, ਮੈਨੂੰ ਕਰਨ ਦੀ ਕਾਲ ਆਈ ਉਹਦੇ ਛੋਟੇ ਬ੍ਰਦਰ ਦੀ, ਸਾਡਾ ਭਰਾ ਹੈ ਛੋਟਾ ਜੀ। ਉਹ ਤੋਂ ਬਾਅਦ ਅਸੀਂ ਉਰੇ ਪਹੁੰਚੇ ਹਾਂ ਤੇ ਅਸੀਂ ਪਹਿਲਾਂ ਖਰੜ ਸਿਟੀ ਉੱਥੇ ਪਹੁੰਚਿਆ ਜੀ, ਉਹ ਤੋਂ ਬਾਅਦ ਸਨੀ ਇਨਕਲੇਵ ਪਹੁੰਚਾਇਆ ਗਿਆ। ਸੋ ਪਰ ਹਜੇ ਤੱਕ ਸਾਡੀ ਕਿਸੇ ਆਲਾ ਅਫਸਰ ਸਾਹਿਬਾਂ ਨਾਲ ਗੱਲ ਨਹੀਂ ਹੋਈ। ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਪੁਲਿਸ ਪ੍ਰਸ਼ਾਸਨ, ਸਾਨੂੰ ਉਮੀਦ ਵੀ ਹੈ ਕਿ ਉਹਨੂੰ ਜੋ ਬਣਦੀ ਕਾਰਵਾਈ ਉਹ ਕਰਕੇ ਉਹਨੂੰ ਇਨਸਾਫ ਦਿੱਤਾ ਜਾਵੇ। ਫੈਮਿਲੀ ਚੌਂਕੀ ਜਬੋਂ ਤੁਹਾਨੂੰ ਆਇਆ ਜੀ? ਨਹੀਂ ਨਹੀਂ, ਮੈਨੂੰ ਨਹੀਂ ਜੀ, ਚੌਂਕੀ ਤੋਂ ਕਾਲ ਸਵੇਰੇ ਮਾਰਨਿੰਗ ਟਾਈਮ ਗਈ ਆ, ਪਿੱਛੇ ਬੈਠੇ ਨੇ ਕਿੰਦਾ ਜੀ, ਇਹਨਾਂ ਨੂੰ ਤੁਹਾਨੂੰ ਵੀ ਕਾਲ ਗਈ ਹੈ? ਇਹਨਾਂ ਨੂੰ ਕਾਲ ਗਈ ਹੈ ਜੀ, ਮਾਰਨਿੰਗ ਟਾਈਮ ਇਹਨਾਂ ਨੂੰ ਕਾਲ ਗਈ ਹੈ। ਅਸੀਂ ਉਦੋਂ ਜੀ ਤੁਹਾਡਾ? ਮੇਰਾ ਨਾਮ ਕਰਨਵੀਰ ਹੈ ਜੀ।
ਤੁਹਾਡਾ ਬ੍ਰਦਰ ਦਾ ਜਿਹਦੀ ਡੈਥ ਹੋਈ ਹੈ? ਹਾਂਜੀ, ਮੇਰੇ ਵੱਡੇ ਭਰਾ ਸੀਗੇ ਜੀ ਇਹ। ਕੋਈ ਪੁਰਾਣੀ ਰੰਜਸ ਸੀ ਕੋਈ ਕਿਸੇ ਦੇ ਨਾਲ ਜਿਹੜੀ ਆ ਉਹਦਾ ਕਹਿੰਦੇ ਕਤਲ ਕੀਤਾ ਜੀ? ਨਾ ਜੀ ਨਾ ਜੀ, ਕੋਈ ਰੰਜਸ ਵਾਲੀ ਗੱਲ ਨੀ। ਉਹ ਤਾਂ ਸਮਾਂ ਦੀ, ਜੇ ਕੋਈ ਹੋਰ ਵੀ ਗੁੱਸੇ ਹੁੰਦਾ ਸੀਗਾ ਜੀ ਤਾਂ ਉਹਨੂੰ ਵੀ ਅਗਲੇ ਨੂੰ ਟਕਿਆਉਣਾ, ਉਹਨਾਂ ਨੇ ਕਹਿਣਾ ਵੀ ਤੂੰ ਯਾਰ ਚੁੱਪ ਕਰ, ਵੀ ਕੋਈ ਇਹੋ ਜਿਹੀ ਗੱਲ ਨੀ। ਇਹਨਾਂ ਦਾ ਕੋਈ ਲੜਨ ਵਾਲਾ ਸੁਭਾਅ ਹੈ ਨੀ ਸੀਗਾ ਜੀ, ਕੋਈ ਏਦਾਂ ਦੀ ਗੱਲਬਾਤ ਨੀ ਸੀਗੀ ਜੀ। ਕਿੰਨੀ ਕੁ ਦੇਰ ਤੋਂ ਉਰੇ ਮੋਹਾਲੀ ਰਹਿ ਰਹੇ ਸੀ? ਮੋਹਾਲੀ ਤਾਂ ਜੀ ਉਹਨਾਂ ਨੂੰ ਕਾਫੀ ਟਾਈਮ ਹੋ ਗਿਆ ਸੀਗਾ ਜੀ, ਸੋਫਟਵੇਅਰ ਦਾ ਪਹਿਲਾਂ ਕੰਮ ਸਿੱਖਿਆ, ਹੁਣ ਉਹ ਕੰਮ ਕਰ ਰਹੇ ਸੀ ਕੰਪਨੀ ਦੇ ਵਿੱਚ, ਤੇ ਉਹ ਤੋਂ ਪਹਿਲਾਂ ਕੰਮ ਸਿੱਖਿਆ ਉਹਨਾਂ ਨੇ, ਤੇ ਉਹ ਤੋਂ ਬਾਅਦ ਫਿਰ ਹੁਣ ਇੱਥੇ ਜੋਬ ਕਰਦੇ ਸੀਗੇ ਜੀ, ਉਹ ਮੋਹਾਲੀ ਖਰੜ ਇੱਥੇ ਉਹਨਾਂ ਦਾ ਚੱਲਦਾ ਸੀਗਾ ਜੀ। ਨਹੀਂ ਜੀ, ਕੁਮਾਰੇ ਹੀ ਸੀਗਾ ਜੀ। ਨਹੀਂ ਜੀ ਨਹੀਂ, ਕੋਈ ਐਸੀ ਗੱਲ ਨੀ ਜੀ। ਪਿੰਡ ਜਾਂਦੇ ਤੇ ਉੱਥੇ ਬਾਰ ਐਤਵਾਰ ਨੂੰ ਛੁੱਟੀ ਹੁੰਦੀ, ਪਿੰਡ ਮਿਲ ਕੇ ਆਉਂਦੇ ਜੀ, ਸਾਰਾ ਕੁਛ ਕਰਕੇ ਆਉਂਦੇ। ਉੱਥੇ ਕੋਈ ਏਦਾਂ ਦੀ ਗੱਲ ਹੈ ਨਹੀਂ ਸੀ ਜੀ, ਕੁੜੀ ਕਤਰੀ ਜਾਂ ਆਪਾਂ ਕਹਿੰਦੇ ਕਿਸੇ ਨਾਲ ਰੰਜਸ, ਕੋਈ ਰੰਜਸ ਨਹੀਂ ਸੀ ਜੀ। ਬਹੁਤ ਹੀ ਮਿਲਣਸਾਰ ਮੁੰਡਾ ਸੀਗਾ ਜੀ, ਕੋਈ ਇਹੋ ਜਿਹੀ ਗੱਲਬਾਤ ਨਹੀਂ ਸੀ ਹੈਗੀ ਜੀ। ਹੁਣ ਕੀ ਮੰਗ ਕਰਦੇ ਹੋ ਜੀ? ਮੰਗ ਤਾਂ ਹੁਣ ਇਹੀ ਕਰਦੇ ਹਾਂ ਜੀ, ਵੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ, ਵੀ ਸਾਨੂੰ ਪਤਾ ਹੁਣ ਅਸੀਂ ਸਵੇਰ ਦੇ ਪਹੁੰਚੇ ਹਾਂ ਜੀ, ਨਾ ਤਾਂ ਸਾਨੂੰ ਡੈੱਡ ਬੋਡੀ ਦਿਖਾਈ ਗਈ ਆ ਹਲੇ ਤੱਕ, ਕਹਿ ਰਹੇ ਨੇ ਗੇ ਵੀ ਰਾਤ ਕਤਲ ਹੋਇਆ ਗਾ ਉਹਨਾਂ ਦਾ, ਮਰਡਰ ਕੀਤਾ ਗਿਆ, ਤੇ ਨਾ ਸਾਨੂੰ ਇੱਥੇ ਵੀ ਹਲੇ ਫਿਲਹਾਲ ਕੋਈ ਚੌਂਕੀ 'ਚ ਮਿਲੇ ਨੇ ਜੀ, ਕਹਿੰਦੇ ਤਫਤੀਸ਼ ਉਹ ਕਰਦੇ ਨੇ। ਸਾਡੀ ਮੰਗ ਜਣੀ ਇਹੀ ਹੈ ਜੀ, ਸਾਨੂੰ ਇਨਸਾਫ਼ ਮਿਲਣਾ ਚਾਹੀਦਾ। ਸਾਡੇ ਫਾਦਰ ਸਾਹਿਬ ਵੀ ਪਹਿਲਾਂ ਉਹਨਾਂ ਦੀ ਵੀ ਡੈਥ ਹੋ ਗਈ ਸੀ ਜੀ, ਉਹਨਾਂ ਨੂੰ ਵੀ ਸਾਇਲੈਂਟ ਅਟੈਕ ਨਾਲ ਉਹ ਹੋ ਗਿਆ ਸੀਗਾ, ਤੇ ਉਹ ਤੋਂ ਬਾਅਦ ਹੁਣ ਵੱਡਾ ਭਰਾ ਸੀਗਾ ਜੀ, ਵੀ ਉਹ ਵੀ ਰਾਤ ਕਹਿੰਦੇ ਨੇ ਗੇ ਵੀ ਇਹ ਗੱਲ ਹੋ ਗਈ। ਭਾਜੀ ਕੀ ਨਾਮ ਹੈ ਜੀ, ਕਿੱਥੋਂ ਦੇ ਰਹਿਣ ਵਾਲੇ ਆ ਤੁਸੀਂ? ਮੇਰਾ ਨਾਮ ਹੈਗਾ ਜੀ ਜਸਪਾਲ ਦਾਸ। ਹਾਂਜੀ। ਪਿੰਡ ਹਥਨ, ਤਹਿਸੀਲ ਮਲੇਰਕੋਟਲਾ, ਜ਼ਿਲ੍ਹਾ ਮਲੇਰਕੋਟਲਾ। ਫਿਰ ਪਤਾ ਲੱਗਿਆ ਕਿ ਰਾਤੀ ਇੱਕ ਨੌਜਵਾਨ ਦਾ ਜਿਹੜਾ ਹੈ ਖਰੜ ਦੇ ਸਨੀ ਇਨਕਲੇਵ 'ਚ ਕਤਲ ਹੋਇਆ, ਤੁਹਾਡਾ ਕੀ ਲੱਗਦਾ ਸੀ? ਸਾਡਾ ਜੀ ਮੇਰੇ ਪਿੰਡ ਦਾ ਲੜਕਾ ਸੀ, ਉਹ 32-33 ਸਾਲ ਉਹਦੀ ਉਮਰ ਸੀ ਮੁੰਡੇ ਦੀ, ਇਹਦਾ ਭਰਾ ਸੀ ਵੱਡਾ ਕਰਨਵੀਰ ਦਾ। ਹਾਂਜੀ। ਤੇ ਕੁਛ ਪਤਾ ਲੱਗਿਆ ਮੁੰਡਲੇ ਕਿਸ ਤਰ੍ਹਾਂ ਹੋਇਆ? ਮੁੰਡਲੇ ਤਾਂ ਜੀ ਹਲੇ ਦੇਖੋ ਰਾਤ, ਇਹ ਉਹਨਾਂ ਦੇ ਦੋਸਤ ਨੇ ਮਲੇਰਕੋਟਲੇ ਤੋਂ, ਇਹਨਾਂ ਨਾਲ ਰਾਤ ਗੱਲ ਹੋਈ ਹੈ 8:30 ਵਜੇ, ਤੇ ਉਸ ਤੋਂ ਬਾਅਦ ਇਹ ਗਵਾਂਢੀ ਨੇ ਕੁਲਵਿੰਦਰ ਸਿੰਘ ਜੀ ਇਹਨਾਂ ਦੇ, ਇਹਨਾਂ ਨੂੰ ਫੋਨ ਗਿਆ ਸਵੇਰੇ, ਇਹਨਾਂ ਨੂੰ ਫੋਨ ਗਿਆ ਸਵੇਰੇ ਵੀ ਤੁਸੀਂ ਸਵੇਰੇ ਆਓ ਉੱਥੇ ਆਪਣੇ ਖਰੜ ਸਿਟੀ ਥਾਣੇ, ਵੀ ਤੁਹਾਡੇ ਜਿਹੜਾ ਮੁੰਡਾ ਤੇਜਿੰਦਰ ਸਿੰਘ ਤੇਜੀ ਜਿਹਦਾ ਮਰਡਰ ਹੋਇਆ, ਬਈ ਕੋਈ ਅਣਸਗਾਮੀ ਘਟਨਾ ਵਾਪਰ ਗਈ, ਤੁਸੀਂ ਸਵੇਰੇ ਆਓ। ਅਸੀਂ ਚੱਲੇ ਜੀ ਸਵੇਰੇ, ਉਹ ਚੱਲ ਕੇ ਅਸੀਂ ਥਾਣਾ ਸਿਟੀ ਖਰੜ ਆਏ, ਉੱਥੇ ਮੁਨਸੀ ਨੂੰ ਪੁੱਛਿਆ, ਮੁਨਸੀ ਸਾਹਿਬ ਕਹਿੰਦੇ ਵੀ SHO ਸਾਹਿਬ ਅਤੇ ਚੌਕੀ ਇੰਚਾਰਜ ਸਾਹਿਬ, ਇੱਥੇ ਕਿਹੜੀ ਚੌਕੀ ਹੈ ਇਹ? ਸਨੀ ਇਨਕਲੇਵ ਵੀ ਉੱਥੇ ਨੇ, ਤੁਸੀਂ ਉੱਥੇ ਜਾਓ। ਅਸੀਂ ਉਰੇ ਆਏ ਹਾਂ ਜੀ, ਉਰੇ ਸਾਡੇ ਆਉਣ ਤੋਂ ਪਹਿਲਾਂ ਚੌਕੀ ਇੰਚਾਰਜ ਸਾਹਿਬ ਹੈ ਨਹੀਂ ਤੇ, ਅਤੇ ਹਲੇ ਸਾਨੂੰ ਬਹੁਤੀ ਇਨਫੋਰਮੇਸ਼ਨ ਇਹਨਾਂ ਨੇ ਕੋਈ ਦਿੱਤੀ ਨਹੀਂ। ਵੈਸੇ ਚਲੋ ਇੱਕ ਤਾਂ ਕਲੀਅਰ ਹੀ ਆ ਵੀ ਇਹਦਾ ਮਰਡਰ ਹੋ ਗਿਆ ਸਾਡੇ ਮੁੰਡੇ ਦਾ, ਇਹਦੇ ਭਰਾ ਦਾ ਬੜੇ ਦਾ, ਅਤੇ ਬਾਪ ਇਹਨਾਂ ਦੇ ਹੈ ਨਹੀਂ। ਅਤੇ ਵੀ ਇਹਦਾ ਕਿਉਂ ਹੋਇਆ, ਕਿਹਨੇ ਕਰਿਆ, ਉਹਨੂੰ ਮਤਲਬ ਉਹਨਾਂ ਬੰਦਿਆਂ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ। ਅਤੇ ਅਸੀਂ ਤਾਂ ਇਹੀ ਉਹਦੀ ਮੰਗ ਕਰਦੇ ਹਾਂ ਵੀ ਜੋ ਵੀ ਹੋਇਆ ਮਰਡਰ ਹੋਇਆ, ਕਿਹਨੇ ਕਰਿਆ, ਕਿਉਂ ਕਰਿਆ, ਉਹਨਾਂ ਨੂੰ ਪਰਚਾ ਦਰਜ ਕਰਕੇ ਅੰਦਰ ਦੇਣਾ ਚਾਹੀਦਾ। ਤੁਸੀਂ ਬਾਡੀ ਦੇਖੀ ਹੈ ਜੀ? ਨਾ, ਬਿਲਕੁਲ ਨਹੀਂ ਦੇਖੀ ਜੀ, ਅਸੀਂ ਤਾਂ ਹਲੇ ਥਾਣੇ ਹੀ ਆਏ ਹਾਂ। ਉਮਰ ਕਿੰਨੀ ਹੈ ਬੱਚੇ? ਉਮਰ ਦੀ 35-35। ਹਾਂਜੀ, ਸੋਫਟਵੇਅਰ ਦਾ ਕੰਮ ਕਰਦਾ ਸੀ ਇੱਥੇ, ਕਈ ਸਾਲ ਤੋਂ ਚੰਡੀਗੜ੍ਹ ਇੱਥੇ ਹੀ ਕੰਮ ਕਰ ਰਿਹਾ ਸੀ। ਹਾਂਜੀ, ਬੜਾ ਸ਼ਰੀਫ ਮਿਲਣਸਾਰ ਲੜਕਾ ਸੀ। ਹਾਂਜੀ, ਹਾਂਜੀ, ਇਨਸਾਫ਼ ਦੀ ਕਰਦੇ ਆ ਜੀ, ਉਹ ਕਾਤਲਾਂ ਨੂੰ ਅੰਦਰ ਦੇਣ ਫੜ ਕੇ ਮਹਿਕਮਾ ਪੁਲਿਸ। ਹਾਂਜੀ,
ਮੇਰਾ ਨਾਮ ਜਸਪਾਲ ਦਾਸ। ਸਰ ਕੀ ਇਸ਼ੂ ਹੋਇਆ ਜਿਹੜਾ ਤੁਸੀਂ ਅੱਜ ਸਨੀ ਇਨਕਲੇਵ ਥਾਣੇ ਪਹੁੰਚੇ ਹੋ? ਇਸ਼ੂ ਜੀ ਇਹ ਹੋਇਆ ਕਿ ਸਾਡਾ ਪਿੰਡ ਹੈ ਜ਼ਿਲ੍ਹਾ ਮਲੇਰਕੋਟਲਾ ਦੇ ਵਿੱਚ ਹੱਥਨ ਜੀ, ਹੱਥਨ ਤਹਿਸੀਲ ਮਲੇਰਕੋਟਲਾ ਜ਼ਿਲ੍ਹਾ ਮਲੇਰਕੋਟਲਾ, ਮੇਰਾ ਵੀ ਪਿੰਡ ਉਹੀ ਹੈ। ਇਹ ਜਿਹੜੇ ਲੜਕੇ ਦਾ ਮਰਡਰ ਹੋਇਆ, ਇਹ ਲੜਕਾ ਇੱਥੇ ਖਰੜ ਸੋਫਟਵੇਅਰ ਦਾ ਕੰਮ ਕਰਦਾ ਸੀ ਪਹਿਲਾਂ, ਜਿਵੇਂ ਦੱਸਿਆ ਇਹਦੇ ਛੋਟੇ ਭਰਾ ਨੇ ਜੋ ਮੇਰੇ ਨਾਲ ਹੈ, ਵੀ ਪਹਿਲਾਂ ਸਿੱਖਿਆ ਵੀ, ਫਿਰ ਉਹਦੇ ਇਹ ਜੋਬ ਵੀ ਕਰਦਾ ਰਿਹਾ। ਇਹਦਾ ਸਵੇਰੇ ਇਹਦੇ ਇਹ ਥਾਣੇ ਸਿਟੀ ਖਰੜ ਤੋਂ ਫੋਨ ਗਿਆ ਹੈ ਕੁਲਵਿੰਦਰ ਸਿੰਘ ਜਿਹੜੇ ਇਹਨਾਂ ਦੇ ਗਵਾਂਢੀ ਨੇ, ਵੀ ਤੁਸੀਂ ਸਵੇਰੇ ਵੀ ਚੰਡੀਗੜ੍ਹ ਆਓ, ਵੀ ਤੁਹਾਡਾ ਜਿਹੜਾ ਇਹ ਤੇਜਿੰਦਰ ਸਿੰਘ ਨਾਂ ਦਾ ਲੜਕਾ ਹੈ, ਵੀ ਇਹਦਾ ਤੇਜਿੰਦਰ ਸਿੰਘ ਤੇਜੀ, ਵੀ ਇਹਦੇ ਨਾਲ ਕੋਈ ਵਾਰਦਾਤ ਹੋ ਗਈ, ਵੀ ਤੁਸੀਂ ਸਵੇਰੇ ਉਰੇ ਆਓ। ਤੋ ਇਹਨਾਂ ਨੇ ਮੈਨੂੰ ਦੱਸਿਆ ਅਸੀਂ ਇਕੱਠੇ ਹੋ ਕੇ ਥਾਣਾ ਖਰੜ ਸਿਟੀ ਗਏ, ਉੱਥੋਂ ਮੁਨਸੀ ਸਾਹਿਬ ਕਹਿੰਦੇ ਵੀ ਤੁਸੀਂ ਉੱਥੇ ਜਾਓ ਚੌਕੀ ਇਨਕਲੇਵ ਸਨੀ ਇਨਕਲੇਵ। ਹੁਣ ਅਸੀਂ ਉਰੇ ਆਏ ਹਾਂ, ਉਰੇ ਆ ਕੇ ਪਹਿਲਾਂ ਤਾਂ ਸਾਨੂੰ ਮਤਲਬ ਇੱਥੇ ਕੋਈ ਮਿਲਿਆ ਹੀ ਨਹੀਂ, ਅਤੇ ਮੁਲਾਜ਼ਮ ਮਿਲੇ ਉਹ ਕਹਿੰਦੇ ਵੀ SHO ਸਾਹਿਬ ਅਤੇ ਚੌਕੀ ਇੰਚਾਰਜ ਸਾਹਿਬ ਜਿਹੜਾ ਇਹ ਮਰਡਰ ਹੋਇਆ ਤੁਹਾਡੇ ਲੜਕੇ ਦਾ, ਉਹਦੇ ਸੰਬੰਧ 'ਚ ਗਏ ਹੋਏ ਨੇ। ਹੁਣ ਅਸੀਂ ਇਹਨਾਂ ਨੂੰ ਮਿਲੇ ਹਾਂ, ਇਹਨਾਂ ਨੇ ਇਹੀ ਗੱਲ ਦੱਸੀ ਹੈ ਕਿ ਵੀ ਇਹ ਰਾਤ ਇੱਥੇ ਇਹਦਾ ਮਰਡਰ ਹੋਇਆ, ਅਸੀਂ ਉਹਦੇ ਬੰਦਿਆਂ ਦੀ ਭਾਲ ਕਰ ਰਹੇ ਹਾਂ, ਵੀ ਤੁਸੀਂ ਵੇਟ ਕਰੋ। ਬਿਲਕੁਲ ਨੀ, ਬਹੁਤ ਸ਼ਰੀਫ ਲੜਕਾ ਸੀ ਇਹ, ਘਰ ਦਾ ਮੁਖੀਆ ਸੀ, ਇਹਦੇ ਬਾਪ ਦੀ ਪਹਿਲਾਂ ਡੈਥ ਹੋ ਗਈ, ਹੁਣ ਘਰ ਦੇ ਵਿੱਚ ਵੱਡਾ ਹੀ ਇਹੀ ਸੀ, ਛੋਟਾ ਭਰਾ ਹੈ, ਇਹਦੀ ਭੈਣ ਹੈ, ਇਹਦੀ ਮਦਰ ਹੈ, ਤੇ ਕਾਫੀ ਗਰੀਬ ਪਰਿਵਾਰ ਹੈ, ਵੈਸੇ ਪੜ੍ਹਿਆ ਲਿਖਿਆ ਮੁੰਡਾ ਦੀ। ਮੰਗ ਅਸੀਂ ਕਹਿੰਦੇ ਵੀ ਮਰਡਰ ਹੋਇਆ ਜੋ ਮਹਿਕਮਾ ਪੁਲਿਸ ਮੰਨਦੀ ਆ, ਜੋ ਦੱਸਿਆ ਸੀਗਾ ਸਾਨੂੰ ਇੱਥੇ, ਤੇ ਵੀ ਉਹਦੇ ਜਿਹੜੇ ਕਾਤਲ ਨੇ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਪਰਚਾ ਦਰਜ ਕਰਕੇ ਸਖ਼ਤ ਤੋਂ ਸਖ਼ਤ ਉਹਨਾਂ ਨੂੰ ਸਜ਼ਾ ਦੇ ਵੱਲ ਤੋਰਿਆ ਜਾਵੇ, ਹੈ ਨਾ, ਅਸੀਂ ਤਾਂ ਇਹੀ ਮੰਗ ਕਰਦੇ ਹਾਂ। ਇਨਵੈਸਟੀਗੇਸ਼ਨ ਜਾ ਰਹੀ ਹੈ, ਜੋ ਵੀ ਤੱਥ ਹੋਣਗੇ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ ਆਫਟਰ ਇਨਵੈਸਟੀਗੇਸ਼ਨ।